ਜਿੱਦਾਂ ਲੋਨੀਆ ਜੀ ਚੁਟਕਲਾ ਇਹਨਾਂ ਨੇ ਭੇਜਿਆ ਨਾ, ਜਿੱਦਾਂ ਵੀ ਬਾਕੀ ਸਾਰੇ ਕੰਮ ਜਿਹੜੇ ਕਰੋਨਾ 'ਚ ਔਨਲਾਈਨ ਹੋ ਗਏ ਆ, ਤੇ ਇੱਕ ਕੰਮ ਕਹਿੰਦੇ ਔਨਲਾਈਨ ਨਹੀਂ ਹੋ ਸਕਦਾ ਵੀ ਜਿੱਦਾਂ ਉਹ ਨਾਈ ਦਾ ਕੰਮ ਜਿਹੜਾ ਵਾਲ ਕੱਟਣ ਵਾਲਾ, ਨਾਈ ਤਾਂ ਵਰਕ ਫਰੋਮ ਹੋਮ ਕਰ ਹੀ ਨਹੀਂ ਸਕਦਾ, ਕੰਪਿਊਟਰ ਖਰਾਬ ਹੁੰਦਾ ਜਿੱਦਾਂ, ਹਾਂਜੀ ਹਾਂ, ਤੇ ਉਹ ਸਾਨੂੰ ਦੱਸਦੇ ਨਾ ਵੀ ਆਹ ਫਲਾਣੀ ਸੈਟਿੰਗ ਖੋਲ ਲਓ ਤੇ ਇੱਧਰੋਂ ਚੱਲ ਜਾਓ ਤੇ ਕਰ ਲਓ, ਹਨਾ ਜੀ, ਤੇ ਹਸਬੈਂਡ ਵਾਈਫ ਵੀ ਮੈਨੂੰ ਲੱਗਦਾ ਹੁੰਦਾ ਵੀ ਜਿੱਦਾਂ ਕੈਂਚੀ ਵਰਗੇ ਆ ਹਸਬੈਂਡ ਵਾਈਫ ਵੀ, ਹਨਾ ਨਾਈ ਜਿੱਦਾਂ ਵੇਖੋ ਹੇਅਰ ਡਰੈਸਰ ਜਿਹੜਾ ਉਹਨਾਂ ਨੂੰ ਐਕਸਪਲੇਨ ਕਰ ਸਕਦਾ ਵੀ ਜਿੱਦਾਂ ਤੁਹਾਡੀ ਜਿੱਦਾਂ ਆਪਣੀ ਮਦਰ ਫਿੰਗਰ ਆ ਤੇ ਬ੍ਰਦਰ ਫਿੰਗਰ ਉਹਦੇ ਵਿੱਚ ਤੁਸੀਂ ਵਾਲ ਜਿਹੜੇ ਉਹਨਾਂ ਦੇ ਵਿੱਚ ਫੜਨੇ ਆ, ਥੋੜਾ ਜਿਹਾ ਤਾਂ ਉਹਨੂੰ ਕਸਕਾਉਣਾ ਜਿੰਨੇ ਕੁ ਵਿੱਚ ਆ ਗਏ ਤੇ ਬਾਕੀ ਦੇ ਉੱਤੇ ਤੁਸੀਂ ਕੈਂਚੀ ਫੇਰ ਦੇਣੀ, ਇਹਨੂੰ ਇੱਦਾਂ ਕਰਕੇ ਉਹ ਡੈਮੋ ਤੇ ਦੇ ਹੀ ਸਕਦਾ ਨਾ, ਥੋੜਾ ਜਿਹਾ ਐਕਸਪਲੇਨ ਕਰ ਸਕਦਾ, ਤੇ ਉਹ ਤੋਂ ਮੈਨੂੰ ਗੱਲ ਯਾਦ ਆ ਗਈ ਵੀ ਜਿੱਦਾਂ ਜਿੱਦਾਂ ਹਸਬੈਂਡ ਵਾਈਫ ਵੀ ਮਤਲਬ ਕੈਂਚੀ ਵਰਗੇ ਹੀ ਆ ਨਾ, ਵੀ ਤੁਸੀਂ ਜਿੱਦਾਂ ਕੈਂਚੀ ਮੰਮੀ ਡੈਡੀ ਜਾਣ ਕੇ ਕੈਂਚੀ ਹੋ ਗਏ, ਕੈਂਚੀ ਵਿੱਚ ਜਿੱਦਾਂ ਤੁਹਾਡੀ ਆਪਣੀ ਹੁੰਦੀ ਨਾ ਆਪਣੀ ਆਪਣੀ ਫਾਦਰ ਫਿੰਗਰ ਡਾਟਰ ਫਿੰਗਰ ਗੋਰੇ ਤੇ ਇੱਦਾਂ ਕਹਿੰਦੇ ਆ ਨਾ ਲਿਟਲ ਫਿੰਗਰ ਫਾਦਰ ਫਿੰਗਰ ਤੇ ਮਦਰ ਫਿੰਗਰ, ਉਹ ਇੱਕ ਕੈਂਚੀ ਦੇ ਦੋ ਜਿੱਦਾਂ ਕੁੰਡੀਆਂ ਹੁੰਦੀਆਂ, ਇੱਕ ਪਾਸੇ ਤੁਸੀਂ ਮਦਰ ਫਿੰਗਰ ਪਾ ਲੈਣੀ, ਇੱਕ ਪਾਸੇ ਤੁਸੀਂ ਮਦਰ ਫਿੰਗਰ ਤੇ ਇੱਕ ਪਾਸੇ ਦ ਫਾਦਰ ਫਿੰਗਰ, ਫਿਰ ਉਹਨੂੰ ਤੁਸੀਂ ਦੋਵਾਂ ਨੂੰ ਆਪਸ ਵਿੱਚ ਕਲੋਜ਼ ਲਿਆਉਣ ਦੀ ਕੋਸ਼ਿਸ਼ ਕਰਨਾ, ਯੈਸ, ਤੇ ਜਦੋਂ ਤੁਸੀਂ ਉਹਨਾਂ ਨੂੰ ਕਲੋਜ਼ ਲਿਆਉਣ ਦੀ ਕੋਸ਼ਿਸ਼ ਕਰਦੇ ਹੋ ਨਾ, ਤੇ ਫਿਰ ਉਹ ਕਲੋਜ਼ ਕੁਝ ਚੀਜ਼ਾਂ ਕੱਟ ਦਿੰਦੇ ਆ, ਕੈਂਚੀ ਦਾ ਵੇਖੋ ਫੰਕਸ਼ਨੈਲਿਟੀ ਕਿੰਨੀ ਹੈ ਹਸਬੈਂਡ ਵਾਈਫ ਦੇ ਨਾਲ, ਅੱਗੋਂ ਪੂਰੇ ਤਿੱਖੇ ਪਰ ਜੇ ਉਹ ਦੂਰ ਦੂਰ ਰਹਿਣ ਫਿਰ ਉਹਨਾਂ ਦਾ ਕੋਈ ਨੁਕਸਾਨ ਨਹੀਂ ਆ, ਪਰ ਜਦੋਂ ਤੁਸੀਂ ਉਹਨਾਂ ਨੂੰ ਮਿਲਾਉਣ ਦੀ ਉਹਨਾਂ ਨੂੰ ਕੋਸ਼ਿਸ਼ ਕਰਦੇ ਹੋ ਫਾਦਰ ਫਿੰਗਰ ਮਦਰ ਫਿੰਗਰ ਤੁਸੀਂ ਮਿਲਾਉਣ ਫਿਰ ਵੱਡੇ ਜਾਂਦੇ ਹੋ, ਕੁਛ ਵੀ ਦਰਮਿਆਨ ਆ ਜੇ ਤੁਸੀਂ ਨਿਆਣੇ ਜੁਣੇ ਵੀ ਦਰਮਿਆਨ ਆ ਜਾਂਦੇ ਉਹ ਵੀ ਟੁੱਕ ਟੱਕ ਦਿੰਦੇ ਆ, ਫਿਰ ਇੱਕ ਖਾਸੀਅਤ ਹੋਰ ਵੇਖੋ ਤੁਸੀਂ ਸਿਮਿਲੈਰਿਟੀ ਕੈਂਚੀ ਦੀ ਤੇ ਹਸਬੈਂਡ ਵਾਈਫ ਦੀ, ਤੇ ਉਹ ਹੁੰਦੇ ਮਿਲੇ ਆ ਵੇਖ ਲਓ, ਹਾਂ ਐਗਜ਼ੈਕਟਲੀ, ਹੈ ਨਾ ਵੀ ਉਹ ਪੱਕੀ ਉਹਨਾਂ ਦੀ ਪੱਕੀ ਯਾਰੀ ਹੁੰਦੀ ਹੈ, ਕੁੰਡੀ ਲੱਗੀ ਹੁੰਦੀ ਆ, ਯੈਸ, ਵੀ ਉਹਦਾ ਕੋਈ ਉਹ ਤੋੜ ਨਹੀਂ ਆ ਕੋਈ, ਯੈਸ, ਜੇ ਤੁਸੀਂ ਵੱਖ ਕਰੋ ਤੇ ਫਿਰ ਉਹ ਦੋਵੇਂ ਕਿਸੇ ਕੰਮ ਦੇ ਨਹੀਂ ਆ, ਐਗਜ਼ੈਕਟਲੀ, ਤੇ ਜੇ ਉਹਨਾਂ ਨੂੰ ਤੁਸੀਂ ਇਕੱਠਿਆਂ ਕਰੋ ਫਿਰ ਮੇਕ ਸ਼ੋਰ ਵੀ ਤੁਸੀਂ ਉਹਨੂੰ ਜਦੋਂ ਕੱਟਣ ਕਟਾਉਣ ਵਾਲਾ ਕੰਮ ਕਰਨਾ ਤੇ ਉਦੋਂ ਕੀ ਨੇੜੇ ਲਿਆਓ, ਜਦੋਂ ਵਾਲ ਵਾਲ ਕੱਟਣੇ ਹੋਣ, ਨਹੀਂ ਤੇ ਕਈ ਵਾਰੀ ਕੀ ਹੁੰਦਾ ਵੀ ਘਰ ਚ ਤਾਂ ਮਤਲਬ ਕੈਂਚੀ ਪਈ ਜਦੋਂ ਕੈਂਚੀ ਨਾ ਖੜਕਾਓ ਘਰ ਚ ਕਲੇਸ਼ ਹੋ ਜਾਣਾ, ਐਗਜ਼ੈਕਟਲੀ, ਸਿਆਣੇ ਸਾਰੀਆਂ ਪਰ ਉਹ ਜਿਹੜੀਆਂ ਕੈਂਚੀਆਂ ਉਦੋਂ ਹਿਸਾਬ ਲੈ ਉਦੋਂ ਆਵਲੀਆਂ ਕੈਂਚੀਆਂ ਪਤਾ ਨੀ ਹੋਣਗੀਆਂ, ਆਪਾਂ ਤਾਂ ਵੇਖੀਆਂ ਨੀ, ਉਦੋਂ ਕੱਪੜੇ ਕੱਟਣ ਵਾਲੀਆਂ ਹੁੰਦੀਆਂ ਸੀ, ਉਦੋਂ ਵਿੱਚ ਉਦੋਂ ਤੇ ਉਹਦੇ ਵਿੱਚ ਉਦੋਂ ਵਾਲੀਆਂ ਕੈਂਚੀਆਂ ਦੇ ਵਿੱਚ ਆਪਣੀ ਮਦਰ ਕੀ ਬ੍ਰਦਰ ਕੀ ਸਾਰਾ ਟੱਬਰ ਹੀ ਆ ਜਾਂਦਾ ਸੀ, ਉਦੋਂ ਦੀਆਂ ਕੈਂਚੀਆਂ ਦੀ ਖਾਸੀਅਤ ਹੈ ਇੱਕ ਪਾਸੇ ਤੇ ਕੱਲਾ ਡੈਡੀ ਫਸਦਾ ਕਿਉਂਕਿ ਡੈਡੀ ਕਿਉਂਕਿ ਡੈਡੀ ਇੱਕ ਪਾਸੇ ਉਹਨਾਂ ਦੀ ਸਾਰਾ ਟੱਬਰ ਇੱਕ ਪਾਸੇ ਦੂਸਰੇ ਪਾਸੇ ਸਾਰਾ ਟੱਬਰ ਆ ਗਿਆ, ਫਿਰ ਉਹ ਕੱਟਦੇ ਸੀ ਹਨਾ, ਹੁਣ ਤਾਂ ਜਿਹੜਾ ਹੁਣ ਵੇਖੋ ਉਸੇ ਹਿਸਾਬ ਦੇ ਨਾਲ ਕੈਂਚੀਆਂ ਵੀ ਬਦਲ ਗਈਆਂ ਸਾਡੀਆਂ, ਹੁਣ ਕੱਲੇ ਹੀ ਲੜੀ ਉਹ ਜਿਹੜੇ ਬ੍ਰਦਰ ਮਦਰ ਦੋ ਮਦਰ ਸਭ ਪਾਸੇ